ਹਾਲ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਵਿਧਾਇਕ ਬੰਗਾ ਤੋਂ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਮੁਸ਼ਕਲਾਂ ਦੇ ਵਿੱਚ ਫਸ ਗਏ ਨੇ, ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਐਚ ਸੀ ਅਰੋੜਾ ਵੱਲੋਂ ਉਹਨਾਂ ਨੂੰ ਨੋਟਿਸ ਭੇਜਿਆ ਗਿਆ, ਜਿਸ ਕਰਕੇ ਉਹਨਾਂ ਦੀ ਹੁਣ ਵਿਧਾਇਕੀ ਵੀ ਖਤਰੇ ਵਿੱਚ ਪੈ ਗਈ ਹੈ। ਐਡਵੋਕੇਟ ਵੱਲੋਂ ਭੇਜੇ ਗਏ ਨੋਟਿਸ ਦੇ ਵਿੱਚ ਵਿਧਾਇਕ ਨੂੰ ਅਹੁਦੇ ਤੋਂ ਅਸਤੀਫਾ ਦੇਣ ਵਾਸਤੇ ਆਖਿਆ ਗਿਆ, ਨਹੀਂ ਤਾਂ ਉਹ ਫਿਰ ਕੇਸ ਕਰਨਗੇ। ਪੂਰਾ ਮਸਲਾ ਕੀ ਹੈ, ਅਸਲ ਦੇ ਵਿੱਚ ਹਾਲ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਵਿਧਾਨ ਸਭਾ ਹਲਕਾ ਬੰਗੇ ਤੋਂ ਅਕਾਲੀ ਦਲ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਮੁਸ਼ਕਲ ਦੇ ਵਿੱਚ ਆ ਗਏ ਨੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਐਸ ਸੀ ਅਰੋੜਾ ਨੇ ਉਹਨਾਂ ਨੂੰ ਪਬਲਿਕ ਡਿਮਾਂਡ ਨੋਟਿਸ ਭੇਜਿਆ ਅਤੇ ਨਾਲ ਹੀ ਡਿਮਾਂਡ ਨੋਟਿਸ ਦੇ ਵਿੱਚ ਕਿਹਾ ਕਿ ਤੁਸੀਂ ਐਮਐਲਏਸ਼ਿਪ ਤੋਂ ਅਸਤੀਫਾ ਦਿਓ, ਕਿਉਂਕਿ ਲੋਕਾਂ ਨੇ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੁਣਿਆ ਸੀ, ਲੇਕਿਨ ਹੁਣ ਤੁਸੀਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਨੇ। ਉਹਨਾਂ ਕਿਹਾ ਕਿ ਤੁਹਾਡੇ ਉੱਪਰ ਵੀ ਦਲ ਬਦਲੂ ਕਾਨੂੰਨ ਲਾਗੂ ਹੁੰਦਾ, ਅਜਿਹੇ ਅਸਤੀਫਾ ਦੇਣਾ ਜ਼ਰੂਰੀ ਹੁੰਦਾ ਹੈ। ਤੁਸੀਂ ਇੱਕ ਮਹੱਤਵਪੂਰਨ ਅਹੁਦੇ 'ਤੇ ਹੋ ਅਤੇ ਨਾਲ ਹੀ ਸਾਰੀ ਪਹਿਲੂਆਂ ਨੂੰ, ਕਾਨੂੰਨੀ ਪੇਚੀਦਗੀਆਂ ਨੂੰ ਚੰਗੀ ਤਰ੍ਹਾਂ ਸਮਝੋ। ਅਜਿਹੇ ਵਿੱਚ ਪਹਿਲ ਦੇ ਆਧਾਰ 'ਤੇ ਤੁਹਾਨੂੰ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਣਾ ਚਾਹੀਦਾ, ਵਰਨਾ ਵਿਧਾਨ ਸਭਾ ਸਪੀਕਰ ਨੂੰ ਇਸ ਮਾਮਲੇ ਦੇ ਵਿੱਚ ਉਹ ਸ਼ਿਕਾਇਤ ਕਰਨਗੇ। ਡਾਕਟਰ ਸੁਖਵਿੰਦਰ ਸੁੱਖੀ ਵੱਲੋਂ 14 ਅਗਸਤ ਨੂੰ ਆਮ ਆਦਮੀ ਪਾਰਟੀ 'ਚ ਉਹਨਾਂ ਨੇ ਆਪਣੇ ਆਪ ਨੂੰ ਸ਼ਾਮਿਲ ਕਰ ਲਿਆ ਸੀ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਇਸ ਮੌਕੇ ਡਾਕਟਰ ਸੁੱਖੀ ਨੇ ਕਿਹਾ ਸੀ ਕਿ ਉਹ ਆਪਣੇ ਇਲਾਕੇ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ, ਕਿਉਂਕਿ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਨੇ ਪਰ ਆਪਣੇ ਇਲਾਕੇ ਦਾ ਵਿਕਾਸ ਨਹੀਂ ਕਰ ਸਕੇ, ਕਿਉਂਕਿ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ। ਉੱਥੇ CM ਨੇ ਜੋ ਵੀ ਉਹਨਾਂ ਨੂੰ ਕੰਮ ਦੱਸਿਆ, CM ਨੂੰ ਉਹਨਾਂ ਨੇ ਕੰਮ, ਉਹ CM ਨੇ ਪਹਿਲ ਦੇ ਆਧਾਰ 'ਤੇ ਕਰ ਦਿੱਤਾ। ਅਜਿਹੇ 'ਚ ਉਹਨਾਂ ਨੇ ਫਿਰ ਇਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦਾ ਰਾਹ ਚੁਣਿਆ। ਹਾਲਾਂਕਿ ਉਹਨਾਂ ਇਹ ਵੀ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਮੇਸ਼ਾ ਉਹਨਾਂ ਨੂੰ ਬਣਦਾ ਸਤਿਕਾਰ ਦਿੱਤਾ ਹੈ। ਐਡਵੋਕੇਟ ਐਸ ਸੀ ਅਰੋੜਾ ਵੱਲੋਂ ਜਿਹੜੇ ਭੇਜੇ ਗਏ ਡਿਮਾਂਡ ਨੋਟਿਸ ਤਰਕ ਦਿੱਤੇ ਗਏ ਨੇ, ਉਹਦੇ ਵਿੱਚ ਸਭ ਤੋਂ ਪਹਿਲਾਂ ਤਰਕ ਹੈ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਪਿਛਲੇ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੇ ਸੀ ਅਤੇ ਜਿੱਤੇ ਸੀ ਅਤੇ ਫਿਰ ਵਿਧਾਨ ਸਭਾ ਪਹੁੰਚੇ। ਦੂਜਾ ਤਰਕ, 14 ਅਗਸਤ ਨੂੰ 1924 ਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਅਤੇ ਉਸੇ ਦਲ ਦੀ ਟਿਕਟ 'ਤੇ ਤੁਸੀਂ ਬੰਗਾ ਵਿਧਾਨ ਸਭਾ ਤੋਂ ਪਿਛਲੀ ਵਾਰ ਚੋਣ ਲੜੀ ਸੀ ਅਤੇ ਜਿੱਤੀ ਸੀ ਅਤੇ CM ਭਗਵੰਤ ਮਾਨ ਨੇ ਤੁਹਾਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰਵਾਇਆ। ਤੀਜਾ ਤਰਕ ਕਿ ਪੰਜਾਬ ਦੇ ਲੋਕਾਂ ਅਤੇ ਬੰਗਾ ਵਿਧਾਨ ਸਭਾ ਦੇ ਵੋਟਰਾਂ ਨੇ ਤੁਹਾਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫਤਵਾ ਨਹੀਂ ਦਿੱਤਾ ਸੀ। ਇਸ ਤਰ੍ਹਾਂ ਆਰਟੀਕਲ 102(2) ਅਤੇ 191(2) ਦੇ ਤਹਿਤ ਪਰਿਕਲਿਪਤ ਦਲ ਬਦਲ ਦੇ ਆਧਾਰ 'ਤੇ ਅਯੋਗਤਾ ਦੇ ਪ੍ਰਵਾਧਾਨ ਦੀ ਧਾਰਾ 2 ਦੇ ਤਹਿਤ ਇਹਨਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ। ਭਾਰਤ ਦੇ ਸੰਵਿਧਾਨ ਦੀ 10ਵੀਂ ਸੂਚੀ ਦੇ ਅਨੁਸਾਰ ਤੁਹਾਨੂੰ ਵਿਧਾਨ ਸਭਾ ਦੇ ਮੈਂਬਰ ਦੇ ਰੂਪ ਵਿੱਚ ਬਣੇ ਰਹਿਣ ਲਈ ਜਿਹੜਾ ਵਾ ਉਹ ਅਯੋਗਿਆ ਮੰਨਿਆ ਜਾ ਰਿਹਾ ਹੈਗਾ, ਕਿਉਂਕਿ ਤੁਸੀਂ ਸਵੈ ਇੱਛਾ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਛੱਡੀ ਹੈ। ਚੌਥਾ ਤਰਕ ਦਿੱਤਾ ਹੈ ਕਿ ਤੁਹਾਨੂੰ ਮੈਂ ਧਿਆਨ ਵਿੱਚ ਦਿਵਾਉਣਾ ਚਾਹੁੰਦਾ ਕਿ ਪੰਜਾਬ ਵਿਧਾਨ ਸਭਾ ਦੇ ਨਿਯਮਾਂ ਦੇ ਤਹਿਤ ਜਾਂ ਪੰਜਾਬ ਵਿਧਾਨ ਸਭਾ ਦਲ ਬਦਲੂ ਆਧਾਰ 'ਤੇ ਮੈਂਬਰਾਂ ਦੀ ਅਯੋਗਤਾ ਨਿਯਮ 220 ਵਿਸ਼ੇਸ਼ ਰੂਪ ਦੇ ਨਿਯਮ 6(1) ਦੇ ਤਹਿਤ ਉਪਰੋਕਤ ਨਿਯਮਾਂ ਦੇ 6(2) ਦੇ ਅਨੁਸਾਰ ਕੋਈ ਵੀ ਵਿਅਕਤੀ ਵਿਧਾਨ ਸਭਾ ਦੇ ਮੈਂਬਰ ਦੇ ਰੂਪ ਵਿੱਚ ਬਣੇ ਰਹਿਣ ਲਈ ਤੁਹਾਡੀ ਅਯੋਗਤਾ ਦੀ ਮੰਗ ਦੇ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਸਾਹਮਣੇ
ਪਟੀਸ਼ਨ ਦਾਖਲ ਕਰ ਸਕਦਾ। ਕਾਨੂੰਨ ਦਾ ਉਪਰੋਕਤ ਪ੍ਰਸਤਾਵ ਕਿ ਕੋਈ ਵੀ ਵਿਅਕਤੀ ਜੋ ਵਿਧਾਨ ਸਭਾ ਦਾ ਮੈਂਬਰ ਹੋ ਸਕਦਾ ਜਾਂ ਨਹੀਂ, ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਾਹਮਣੇ ਅਜਿਹੀ ਪਟੀਸ਼ਨ ਦਾਖਲ ਕਰ ਸਕਦਾ ਜੋ ਮਾਣਯੋਗ ਸਰਵ ਉੱਚ ਅਦਾਲਤ ਦੇ ਵੀ ਨਿਰਣੇ ਦੇ ਨਾਲ ਸਹਿਮਤੀ ਰੱਖਦੀ ਹੈ। ਇਹ ਵੀ ਕਿ ਸਰਵਜਨਕ ਸੂਚਨਾ ਤੁਹਾਨੂੰ ਕਿ ਇੱਕ ਗੈਰ ਰਾਜਨੀਤਿਕ ਵਿਅਕਤੀ ਦੇ ਰੂਪ 'ਚ ਦਿੱਤੀ ਜਾ ਰਹੀ ਹੈ, ਕਿਸੇ ਵੀ ਰਾਜਨੀਤਿਕ ਦਲ ਦੀ ਪ੍ਰਤੀਨਿਸ਼ਠਾ ਨਹੀਂ ਰੱਖਦੇ ਹੋਏ, ਕੇਵਲ ਇੱਕ ਸਮਾਜਿਕ ਵਰਕਰ ਹੋਣ ਦੇ ਨਾਤੇ ਅਤੇ ਆਮ ਜਨਤਾ ਦੇ ਇੱਕ ਮੈਂਬਰ ਹੋਣ ਦੇ ਨਾਤੇ ਜੋ ਜਨਹਿਤ ਪਟੀਸ਼ਨਾਂ ਦਾਇਰ ਕਰਨ ਲਈ ਮੰਨੇ ਜਾਂਦੇ ਨੇ, ਉਹਨਾਂ ਵੱਲੋਂ ਹੀ ਤੁਹਾਨੂੰ ਨੋਟਿਸ ਭੇਜਿਆ ਜਾ ਰਿਹਾ। ਹਾਈਕੋਰਟ ਦੇ ਪੰਜਾਬ ਦੇ ਲੋਕਾਂ ਦੇ ਸਰਵਜਨਕ ਹਿੱਤ ਦੇ ਵਿੱਚ ਐਸੀ ਅਰੋੜਾ ਕਹਿੰਦੇ ਕਿ ਮੈਂ ਬੜੀ ਇਮਾਨਦਾਰੀ ਅਤੇ ਆਸ਼ਾ ਅਤੇ ਵਿਸ਼ਵਾਸ ਕਰਦਾ ਕਿ ਤੁਸੀਂ ਆਪਣੇ ਵਿਵੇਕ ਅਨੁਸਾਰ ਦੇਸ਼ ਦੇ ਕਾਨੂੰਨ ਅਨੁਸਾਰ ਕਾਰਜ ਕਰੋਗੇ ਅਤੇ ਆਪਣੇ ਖਿਲਾਫ਼ ਸ਼ਿਕਾਇਤਕਰਤਾ ਰੂਪ ਦੇ ਵਿੱਚ ਮੇਰੇ ਲਈ ਕੋਈ ਜਿਹੜਾ ਵਾ ਉਦੇਸ਼ ਨਹੀਂ ਰੱਖੋਗੇ। ਉਹਨਾਂ ਇਹ ਵੀ ਐਂਡ ਦੇ ਵਿੱਚ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਮੈਂ ਇੱਕ ਸਨਮਾਨਿਤ ਨਾਗਰਿਕ ਅਤੇ ਬੰਗਾ ਵਿਧਾਨ ਸਭਾ ਦੇ ਲੋਕਾਂ ਦੀਆਂ ਚੁਣੇ ਹੋਏ ਵਿਧਾਇਕ ਦੇ ਨਾਤੇ ਤੁਸੀਂ ਦੇਸ਼ ਦੇ ਕਾਨੂੰਨ ਦਾ ਸਨਮਾਨ ਕਰੋਗੇ ਅਤੇ ਭਾਰਤ ਦੇ ਸੰਵਿਧਾਨ ਦੀ 10ਵੀਂ ਸੂਚੀ ਦੇ ਮੱਦੇਨਜ਼ਰ ਭਾਵਨਾ ਦੇ ਅਨੁਸਾਰ ਕੰਮ ਕਰੋਗੇ ਅਤੇ ਬਿਨਾਂ ਕਿਸੇ ਨੋਟਿਸ ਜਾਂ ਨੋਟਿਸ ਦੀ ਇੰਤਜ਼ਾਰ ਤੋਂ ਪਹਿਲਾਂ ਹੀ ਤੁਰੰਤ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰਸ਼ਿਪ ਤੋਂ ਅਸਤੀਫਾ ਦਿਓਗੇ। ਹੁਣ ਸਵਾਲ ਹੈ ਕਿ ਜਿਹੜੇ ਹਵਾਲੇ ਐਡਵੋਕੇਟ ਐਸਸੀ ਅਰੋੜਾ ਨੇ ਉਠਾਏ ਨੇ ਕਿ ਉਹਨਾਂ ਦੇ ਤਹਿਤ ਹੁਣ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਡਾਕਟਰ ਸੁਖਵਿੰਦਰ ਸੁੱਖੀ ਅਸਤੀਫਾ ਦੇਣਗੇ, ਅਤੇ ਜੇ ਅਸਤੀਫਾ ਦਿੰਦੇ ਨੇ ਤਾਂ ਕੀ ਜਿਹੜੀਆਂ ਭਵਿੱਖ ਦੇ ਵਿੱਚ 4 ਵਿਧਾਨ ਸਭਾ ਚੋਣਾਂ ਹੋਣਗੀਆਂ ਜਿਹਦੇ 'ਚ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ, ਉਹਦੇ ਨਾਲ ਹੀ ਫਿਰ ਬੰਗਾ ਵਿਧਾਨ ਸਭਾ ਦੀ ਚੋਣ ਹੋਏਗੀ, ਅਤੇ ਕੀ ਡਾਕਟਰ ਸੁੱਖੀ ਨੂੰ ਜਿਹੜਾ ਪਬਲਿਕ ਡਿਮਾਂਡ ਨੋਟਿਸ ਭੇਜਿਆ ਗਿਆ ਉਹਦੇ ਵਿੱਚ ਜਿਹੜੇ ਭਾਰਤ ਦੇ ਸੰਵਿਧਾਨ ਦੇ ਹਵਾਲੇ ਦਿੱਤੇ ਨੇ ਉਹਨਾਂ ਹਵਾਲਿਆਂ ਦੀ ਡਾਕਟਰ ਸੁੱਖੀ ਕਦਰ ਕਰਨਗੇ ਜਾਂ ਫਿਰ ਨਹੀਂ। ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।